ਕੀ ਨਾਮ ਹੈ ਜੀ ਤੁਹਾਡਾ ਪ੍ਰਿੰਸ ਅਰੋੜਾ ਜੀ ਪ੍ਰਿੰਸ ਜੀ 2 ਸਾਲ ਬਾਅਦ ਅਮਰਨਾਥ ਯਾਤਰਾ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਕਿਵੇਂ ਲੱਗ ਰਿਹਾ ਜੀ ਇਹ ਇਸ ਵਾਰ ਯਾਤਰੀਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਬਹੁਤ ਜ਼ਿਆਦਾ ਇਹ ਮੇਰੀ 19ਵੀਂ ਯਾਤਰਾ ਜੀ ਭੋਲੇਨਾਥ ਦੀ ਕਿਰਪਾ ਨਾਲ ਮਤਲਬ ਕਿ ਜੋ ਸ਼੍ਰਾਈਨ ਬੋਰਡ ਨੇ ਇਸ ਵਾਰ ਬਣਾਇਆ ਰੂਪ ਰੇਖਾ ਬਣਾਈ ਆ ਉੱਥੇ ਜਿੱਦਾਂ ਕਿ ਟਾਵਰ ਵਗੈਰਾ ਲੱਗ ਗਏ ਆ ਪੋਸਟਪੇਡ ਨੰਬਰ ਚੱਲ ਪਏ ਆ ਹਰ ਸਾਲ ਡੇ ਬਾਈ ਡੇ ਸ਼੍ਰਾਈਨ ਬੋਰਡ ਅਪਡੇਟ ਕੋਈ ਨਾ ਕੋਈ ਦੇ ਰਹੀ ਆ ਸੁਵਿਧਾ ਦੇ ਰਹੀ ਆ ਮਤਲਬ ਕਿ ਯਾਤਰੀ ਸਾਰੇ ਬੜੇ ਖੁਸ਼ ਨੇ ਬਾਬਾ ਜੀ ਦਾ ਕਾਰ ਬਹੁਤ ਵਧੀਆ ਹੈਗਾ ਸਰੂਪ ਬਹੁਤ ਵਧੀਆ ਹੈਗਾ ਜੋ ਇਸ ਸਾਲ MH1 ਹੋਰ ਕਈ ਚੈਨਲਾਂ ਨੇ ਜਿੱਦਾਂ ਲਾਈਵ ਪ੍ਰੋਸੈਸ ਸਟਾਰਟ ਕੀਤਾ ਵਾ ਉਹ ਯਾਤਰੀ ਬੜੇ ਖੁਸ਼ ਨੇ ਜਿੱਦਾਂ ਕਿ ਕਈ ਬੱਚੇ ਜਾਂ 50 ਸਾਲ ਤੋਂ ਉੱਪਰਲੀ ਏਜ ਵਾਲੇ ਜਾਂ ਹੈਲਥੀ ਏਜ ਵਾਲੇ ਨਹੀਂ ਜਾ ਸਕਦੇ ਜਿਨ੍ਹਾਂ ਨੂੰ ਉੱਥੋਂ ਦਾ ਜਿਨ੍ਹਾਂ ਨੇ ਇੱਕ ਵਾਰ ਵੀ ਯਾਤਰਾ ਕੀਤੀ ਹਰ ਸਾਲ ਜਾ ਕੇ ਬੜਾ ਖੁਸ਼ ਹੈ ਏਜ ਦੇ ਹਿਸਾਬ ਨਾਲ ਜਿਹੜੇ ਨਹੀਂ ਜਾ ਸਕਦੇ ਉਹ ਘਰੇ ਬੈਠੇ ਦਰਸ਼ਨ ਕਰ ਸਕਦੇ ਨੇ 2 ਸਾਲ ਬਾਅਦ ਯਾਤਰਾ ਜਾ ਰਹੀ ਹੈ ਕਰੋਨਾ ਕਾਲ ਤੋਂ ਬਾਅਦ ਲੋਕਾਂ 'ਚ ਕਿਵੇਂ ਉਤਸ਼ਾਹ ਕਿੰਨਾ ਲੋਕਾਂ 'ਚ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਖੁਸ਼ੀ ਦੀ ਲਹਿਰ ਪੂਰੀ ਹੈ ਜਿੱਦਾਂ ਕਿ ਯਾਤਰਾ ਅਸੀਂ ਹਰ ਸਾਲ ਬੱਸਾਂ ਲੈ ਕੇ ਜਾਂਦੇ ਮੋਗੇ ਤੋਂ 3-4-5 ਬੱਸਾਂ ਪਹਿਲਾਂ ਜਾਂਦੀਆਂ ਰਹੀਆਂ ਹੁਣ 3 ਬੱਸਾਂ ਸਾਡੀਆਂ ਜਾ ਰਹੀ ਹੈ ਨਾਲ 5-7 ਛੋਟੀਆਂ 200 ਯਾਤਰੀ ਸਾਡੇ ਨਾਲ ਜਾ ਰਿਹਾ ਵਾ ਉਹ ਯਾਤਰੀ ਬਹੁਤ ਜ਼ਿਆਦਾ ਖੁਸ਼ ਹੈ ਪਰਿਵਾਰ ਹੈ ਵਿੱਚ ਫੈਮਿਲੀ ਹੈ ਲੇਡੀਜ਼ ਹੈ ਬੱਚੇ ਹੈ ਸਾਰੇ ਬੜੇ ਵਧੀਆ ਖੁਸ਼ ਨੇ ਔਰ ਉਹ ਵੇਟ ਕਰ ਰਹੇ ਆ ਬੜੀ ਦੇਰ ਤੋਂ ਯਾਤਰਾ ਜਲਦੀ ਖੁੱਲੇ ਤੇ ਜਲਦੀ ਜਲਦੀ ਅਸੀਂ ਬਾਬੇ ਦੇ ਦਰਸ਼ਨ ਕਰੀਏ ਜੀ ਦਰਸ਼ਕਾਂ ਨੂੰ ਦੱਸੋ ਕਿ ਯਾਤਰਾ ਜਿਹੜੀ ਹੈ ਕਿ ਕਿਸ ਤਰ੍ਹਾਂ ਦੀ ਯਾਤਰਾ ਹੁੰਦੀ ਹੈ ਕਿੰਨਾ ਇਹ ਯਾਤਰਾ ਜੀ ਅਸੀਂ ਜਾਣੇ ਆ ਇੱਥੋਂ ਪਹਿਲਗਾਮ ਚੰਦਨਵਾੜੀ ਤੋਂ ਜੀ ਉਧਰੋਂ 31 ਕਿਲੋਮੀਟਰ ਦੀ ਯਾਤਰਾ ਵਾ ਜੀ ਪਹਿਲਾ ਸਟਾਪੇਜ ਪਿੱਸੂ ਟੌਪ ਆ ਜੀ ਸ਼ੇਸ਼ਨਾਗ ਪੰਜਤਰਨੀ ਔਰ ਗੁਫਾ ਜੀ ਔਰ ਵਾਪਸੀ ਅਸੀਂ ਬਾਲਟਲ ਕਰਦੇ ਹਾਂ ਜੀ ਔਰ ਏਡਾ ਕੁ ਵਧੀਆ ਉਧਰਲੇ ਵਿਊਜ਼ ਹੈਗੇ ਮਤਲਬ ਕਿ ਜੋ ਦੇਖਣ ਯੋਗ ਆ ਔਰ ਉਧਰ ਇੱਕ ਵਾਰ ਜ਼ਰੂਰ ਥੋੜ੍ਹੀ ਥਕਾਵਟ ਹੁੰਦੀ ਹੈ ਬਟ ਜਦੋਂ ਜਿਹੜਾ ਯਾਤਰਾ ਕਰਦਾ ਉਹ ਬਸ ਥਕਾਵਟ ਉੱਥੇ ਬਾਬੇ ਦੇ ਜਾ ਕੇ ਲੈ ਜਾਂਦੀ ਸਾਰੇ ਕਿੰਨੇ ਦਿਨ ਦੀ ਯਾਤਰਾ ਕਿੰਨੇ ਦਿਨ ਇਹ ਅਸੀਂ ਅੱਜ ਜਾ ਰਹੇ ਹਾਂ ਜੀ 7 ਦਿਨ ਦਾ ਸਾਡਾ ਹੈਗਾ ਟੂਰ ਜੀ ਮਤਲਬ ਕਿ ਯਾਤਰਾ ਵੀਰਵਾਰ ਦੀ ਸਾਡੀ ਵਾਪਸੀ ਹੈ ਸਹੀ ਅੱਜ ਜਿਹੜੀ 11ਵੀਂ ਬੱਸ ਯਾਤਰਾ ਅਮਰਨਾਥ ਨੂੰ ਜਾ ਰਹੀ ਹੈ ਇਹ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸਾਰੀਆਂ ਸੰਸਥਾਵਾਂ ਇਹਨਾਂ ਦੇ ਨਾਲ ਖੜੀਆਂ ਹਨ ਅਤੇ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਸਾਲਾਸਰ ਧਾਮ ਮੰਡਲ ਮੋਗਾ ਵੱਲੋਂ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਪਿਛਲੇ 2 ਸਾਲ ਤੱਕ ਜਾ ਨਹੀਂ ਰਹੇ ਇਸ ਲਈ ਸਾਰੇ ਭਗਤਾਂ ਦੇ ਵਿੱਚ ਬੜਾ ਉਤਸ਼ਾਹ ਯਾਤਰਾ ਪ੍ਰਤੀ ਇਸ ਵਾਰ ਸਾਡੇ ਮੰਡਲ ਸ਼੍ਰੀ ਗੁਰੂ ਕਿਰਪਾ ਸੇਵਾ ਮੰਡਲ ਅਤੇ ਨਿਊ ਸ਼ਿਵ ਕਿਰਪਾ ਸੇਵਾ ਮੰਡਲ ਵੱਲੋਂ ਮੋਗਾ ਸ਼ਹਿਰ ਤੋਂ 3 ਬੱਸਾਂ ਸ਼੍ਰੀ ਅਮਰਨਾਥ ਜੀ ਯਾਤਰਾ 'ਤੇ ਜਾ ਰਹੀਆਂ ਅਤੇ ਵਾਪਸੀ 'ਤੇ ਵੈਸ਼ਨੋ ਦੇਵੀ ਵੀ ਦਰਸ਼ਨ ਕਰਵਾਏ ਜਾਣਗੇ 3 ਬੱਸਾਂ ਦੇ ਤਕਰੀਬਨ ਕਿੰਨੇ ਲੋਕ ਯਾਤਰਾ ਲਈ ਜਾ ਰਹੇ ਲਗਭਗ 225 ਦੇ ਕਰੀਬ ਜਿਹੜੇ ਆ ਯਾਤਰੀ ਆ ਸ਼ਰਧਾਲੂ ਆ ਉਹ ਜਾ ਰਹੇ ਆ ਜੀ ਯਾਤਰਾ ਦੇ ਦੌਰਾਨ ਕਿਸ ਤਰ੍ਹਾਂ ਦੀ ਯਾਤਰਾ ਹੁੰਦੀ ਬਹੁਤ ਵਧੀਆ ਜੀ ਰੋਮਾਂਚਕ ਜੀ ਭਗਤਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਭੋਲੇ ਬਾਬਾ ਦੇ ਜਿਹੜੇ ਭਗਤ ਆ ਬੜੇ ਉਤਸ਼ਾਹ ਨਾਲ ਨੱਚਦੇ ਗਾਉਂਦੇ ਜਾਂਦੇ ਆ ਇੱਕ ਬਰਾਤ ਦੀ ਤਰ੍ਹਾਂ ਜਾਂਦੇ ਸਾਰੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦੀ ਤਰ੍ਹਾਂ ਇਸ ਉਤਸਵ ਨੂੰ ਯਾਤਰਾ ਨੂੰ ਮਨਾਉਂਦੇ ਆ ਜੀ ਬਹੁਤ ਵਧੀਆ ਜੀ ਬਾਬਾ ਜੀ ਦਾ ਵਿਰਾਟ ਸਰੂਪ ਆ ਜਿਹੜਾ ਜੀ ਇਸ ਵਾਰ ਦਰਸ਼ਨ ਹੋ ਰਹੇ ਆ ਅਤੇ ਅਸੀਂ ਆਸ ਕਰਦੇ ਹਾਂ ਵੀ ਸਾਰੇ ਭਗਤਾਂ ਨੂੰ ਜਦੋਂ ਤੱਕ ਯਾਤਰਾ ਚੱਲੇ ਬਾਬਾ ਜੀ ਦੇ ਵੱਡੇ ਸਰੂਪ ਦੇ ਹੀ ਦਰਸ਼ਨ ਹੁੰਦੇ ਰਹਿਣ